लो जी भाई निम्मा भाई चौन दिखा निम्मे ताई दा झंडा खड़ा करे है। वाह जी वाह जितना निशान निम्मा निम्मे भाई आए दस जो वोट पाके किन्नी भीड़ थी पेड़ काट ते हां निम्मे सच्ची दसे ਵੀ ਜਿਹੜੇ ਚੋਣ ਨਿਸ਼ਾਨ ਤੇ ਦਿਖ ਗਏ ਤੇ ਕਿੰਨਾ ਘੱਟ ਹੈ ਨਾ ਨਾ ਦਿਖ ਗਏ ਮੋਰ ਛੋਟੀ ਹੋ ਗਈ ਕਹਿੰਦਾ 3 ਵਜੇ ਮੈਂ 3 ਵਜੇ ਤਾਂ ਬਹੁਤ ਭੀੜ ਹੋ ਜਾਣੀ ਨਹੀਂ 3 4 ਵਜੇ ਤਾਂ ਨਹੀਂ ਮੈਂ ਆਏ ਦੱਸ ਵੀ ਜਿਹੜੀ ਮੋਰ ਆ ਛੋਟੀ ਹੋ ਕੋ ਬੜੀ ਹੈ ਨਾ ਨਾ ਠੀਕ ਆ ਮੋਰ ਕਿੰਨੀ ਕਾ ਪਰਚੀ ਕਿੱਡੀ ਕਾ ਆ ਫੋਨ ਜਿਹੜੀ ਹੈਗੀ ਹੈ ਨਹੀਂ ਮੈਂ ਨਹੀਂ ਜਾਣੀ ਨਾ ਨਾ ਆ ਫੋਨ ਜਿਹੜੀ ਹੈਗੀ ਪਰਚੀ ਹਾਂ ਹਾਂ ਇਹ ਟੈਂਟੀ ਇਹ ਕਰ ਲੰਬੀ ਹਾਂ ਪਾਇਆ ਆ ਅਵੇ ਜਾਇਆ ਹੈ ਹਾਂ ਜੀ ਗੁਰਿੰਦਰ ਭਾਈ ਇਹ ਭਾਈ ਸਾਡੀ ਵਾਰਡ ਮਾਂ ਪੰਚ ਖੜਾ ਮੁੰਡਾ मजबूरी अपनी करना वैसे ओदा सियाने बंदे नूं छूट भी हैगी माड़ी हैगी पहला नंबर लग जांदा है बिंदर चैनल मोनोटाइज हो गया बहुत मेहनत करी भाई ने ना ना ठीक है जरूरी लाल हो गया मिंदर किन्ने वीडियो च होया भाई लाल तो हो गया कम खराब पूरा हिट कम वीडियो हो गया हुन 50 के 50 च भाई जाके फते होया मिंदर चल हो गया ना हां साल हो गया हां साल साल हो गया यानो फिर देर बोले होले बैठ 50 पर्चा आज कहना पंचायती वोटा जे बराबर झंडा गड हो गया ना ना ठीक है कोई ओहता नहीं है बाकी बूथ लगे लो जी भाई इधर प्रधान भाई को पहुंचे हां जी भाई जी सत श्री अकाल जी सारे नु जी हां जी पुराना मुंडा पट पर बैठा ले गया हो गया इधर कपड़े फड़े ने वोट पाके आनी हले ना ना पा जांदी आ भाई ए बंदा पता कहे जे ए दा पिंड जे है नहीं चलिया वोट पाके है इदा कोई धर्म नहीं हैगा तू अपने पिंड च दा वोट पा इक देरा 4 साल हो गए बणी नु इतनी हिम्मत आई च बदला नहीं सकदा बदला नहीं सकदा ना पिछले साल बनाई ले साले हो गए साले हो गए 1.5 साल हो गया फिर तेनु अपने आप सोचना चाहिए दा वोटा फिर ना चढ़ाई ना ना ठीक है भाई प्रधान भाई अपने अपने बंदे ने जेड़े पूरी भाई जिकना अपने सारे दे वोटा पवाते हैं के ठीक नहीं कि भाई अपने अपने बंदे पाया वो 12वां बंदा मैं 8 बज के 15 मिनट से वोट पाया 20 दे बापू भाई मेरा पाया है मैं कह भी अपने जेड़े भाई हैगे नबेड़े हो कमन बैठ दो क्योंकि फिर लास्ट में जाके टाइम कट होता है फिर आपा बंदा बेला हो सकता है ठीक नहीं नहीं पै जानी सज रही पै जानी है किन्ना कराशा हैगे पता नहीं पजा के जाने भी आए हैं ना बन गया काम वधिया करे ठीक नहीं सारे आस है भाई सारे लीडर खड़े है ठीक नहीं चल चलिया किन्ने जाने चलिया दो जाने।
ਚਲੀਆਂ ਪੰਚਾਂ ਦੀ ਸਹਿਮਤੀ ਹੋ ਗਈ ਸਰਪੰਚਾਂ ਦੀ ਆ ਇੱਕ ਨਾ ਨਾ ਇੱਕ ਪੰਚ ਦੀ ਨਹੀਂ ਹੋਈ ਇੱਕ ਲਾਈਨ ਚ ਹੈ ਪੰਚ ਜ਼ਬਰਦਸਤ ਟੱਕਰ ਹੋ ਗਈ ਪਿੰਡ ਦਾ ਵੀ ਹਾਲ ਚਾਲ ਦੇਖ ਲਾ ਹੋਰੇ ਪਾਸੇ ਵੀ ਜਾਂਦਾ ਚੱਲ ਚੱਲ ਤੇਰਾ ਕੰਮ ਜਿਹਾ ਹੋ ਰਿਹਾ ਆਪਣਾ ਘਰ ਨੂੰ ਕਿਸੇ ਕੋਲ ਹੁਣ ਕੰਮ ਨਿਬੜ ਲਿਆ ਹੁਣ ਤੇਰੀ ਪੁੱਛ ਨੀ ਹੈਗੀ ਹੁਣ ਤਾਂ ਗੇੜਾ ਵੀ ਮਾਰਿਆ ਜਿਹੜਾ ਖਾ ਪੀ ਕੇ ਖਾਲੀ ਲਫਾਫਾ ਉਡਾ ਦਿੰਦੇ ਉਹ ਕੰਮ ਕਿਉਂਕਿ ਜਿਹੜੇ ਨਵੀਆਂ ਬੋਟਾਂ ਬਣਦੇ ਆ ਚੱਲ ਮਾੜਾ ਮੋਟਾ ਹੋ ਜਾਂਦਾ ਸਨੀ ਦਿਓਲ ਵਾਲੀ ਫਿਲਮ ਚ ਨੀ ਉਹ ਜਿਹੜੀ ਫਿਲਮ ਕਹਿੰਦਾ ਸਾਡੀ ਪਾਰਟੀ ਹੁਣ ਪਾਰਟੀ ਰਾਸ਼ਟਰੀ ਦੱਸੋ ਵੀ ਅੰਦਰ ਜਿਹੜਾ ਸਟਾਫ ਆ ਠੀਕ ਆ ਬੰਦੇ ਬਹੁਤ ਵਧੀਆ ਬੰਦੇ ਠੀਕ ਆ ਕੰਮ ਸਟਾਫ ਵਧੀਆ ਬਾਕੀ ਕਿਸੇ ਨੂੰ ਕਰ ਨੀ ਦਿੰਦੇ ਅੱਛਾ ਬਾਕੀ ਆਏ ਆ ਭਾਈ ਸਾਡੇ ਧਰਮਸ਼ਾਲਾ 'ਚ ਜਗ੍ਹਾ ਵੀ ਬਥੇਰੀ ਹੈ ਮੇਨ ਜਗ੍ਹਾ ਤਾਂ ਪੜਦਾ ਏ ਸ਼ਰਿਆਮ ਚੱਲੇ ਫਿਰ ਇਹ ਕੰਮ ਖਤਮ ਹੋ ਜੂ ਠੀਕ ਨੀ ਬਾਕੀ ਪ੍ਰਧਾਨ ਦੇ ਭਾਈ ਪੋਸਟਰ ਪੂਸਟਰ ਕਹਿੰਦਾ ਬਸ ਸੋਹਣੇ ਲੱਗੇ ਪਏ ਆ ਪ੍ਰਧਾਨ ਖੁੱਲ ਗਏ ਲੈਂਟਰ ਅੱਜ ਤੇਰੀ ਗੱਲ ਨੀ ਅਸੀਂ ਆਪਣੀ ਗੱਲ ਕਰਦੇ ਆ ਅਸੀਂ ਵੀ ਕਣੀ ਵਾਲੇ ਪੈਸੇ ਲੈ ਗਏ ਉੱਪਰ 1000 ਰੁਪਏ ਹੋਰ ਲੱਗ ਗਏ ਇਹ ਫੀਡ ਵਧੀਆ ਤਿਆਰ ਕਰਦੇ ਆ ਚੱਲੀ ਜਾਊਗਾ ਯਾਰ ਬੂਟਾ ਢੋਲ ਵੱਜਣਾ ਕਿ ਵਾਲਾ ਰਹੂਗਾ ਨਾ ਨਾ ਬਾਈ ਤੇਰਾ ਹੱਕ ਨੀ ਹੈਗਾ ਤੂੰ ਦੂਏ ਪਿੰਡੇ ਰਹਿ ਸਕਦਾ ਤੂੰ ਹੁਣ ਜਚਦਾ ਨੀ ਹੈਗਾ ਉਹਦੇ ਹਾਂਜੀ ਬਾਈ ਬਾਈ ਪਾਏ ਵੋਟ ਹਾਂਜੀ ਹਾਂਜੀ ਆ ਦੇਖੋ ਜੀ ਪਾਏ ਇਹ ਕੰਮ ਬਾਈ ਸਾਧਰੀ ਚੱਕ ਰਹੇ ਫੱਟੇ ਹੈ ਤੇਰੇ ਬਾਈ ਤੂੰ ਦਿਖਾ ਤੇਰੇ ਬਾਈ ਭਰੋਸਾ ਨਹੀਂ ਹੈਗਾ ਆ ਦੇਖ ਲੈ ਇਹ ਬੰਦੇ ਆਹੀ ਨਿਸ਼ਾਨ ਜਿਹਾ ਲਾ ਦਵਾਂ ਇਹਨਾਂ ਰਗੜ ਦਵਾਂ ਪਾਉਂਗੇ ਵੋਟ ਪਾਉਂਗੇ ਯਾਰ ਪਾਉਂਗੇ ਹਾਂ ਪਾਉਣੀ ਜ਼ਰੂਰ ਹੈ ਬਾਈ ਇਹ ਇੱਕ ਗੱਲ ਹੈ ਵੀ ਵੋਟ ਪਾਓ ਸਾਰੇ ਜਿਹਨੂੰ ਮਰਜ਼ੀ ਪਾਓ ਵੀ ਆਪਣੀ ਵੋਟ ਦਾ ਹੱਕ ਪਾਓ ਖਰਾਬ ਨਾ ਕਰੋ ਖਰਾਬ ਨਾ ਕਰੋ ਵੈਸੇ ਸਾਡੇ ਪਿੰਡ 'ਚ ਇੱਕ ਹੈ ਕੋਈ ਜ਼ਬਰਦਸਤੀ ਨਹੀਂ ਕਿਸੇ ਨਾਲ ਜ਼ਬਰਦਸਤੀ ਨਹੀਂ ਹੈਗੀ ਕਿਸੇ ਸਰਪੰਚ ਨੇ ਨਹੀਂ ਕਿਹਾ ਤੂੰ ਮੈਨੂੰ ਪਾ ਕਿਸੇ ਪਾਰਟੀ ਨੇ ਕਿਹਾ ਮੈਨੂੰ ਪਾ ਜਾਨੀ ਕਿ ਮਤਲਬ ਐਂ ਜ਼ੋਰ ਪਾ ਕੇ ਜਿੱਕਣਾ ਪਹਿਲਾਂ ਕਹਿੰਦੇ ਜ਼ਬਰਦਸਤੀ ਯਾਰ ਤੂੰ ਫਲਾਣੇ ਨੂੰ ਵੋਟ ਪਾਉਣੀ ਹੈ ਇੱਕ ਹੋਰ ਹੈ ਜੀ ਸਾਡੇ ਪਿੰਡ ਦੇ ਕਿਸੇ ਬੰਦੇ ਨੇ ਨਹੀਂ ਤੱਕਾ ਨਹੀਂ ਕਰਿਆ ਜਿੱਥੇ ਕਹਿੰਦਾ ਤੁਹਾਡਾ ਜੀ ਕਰਦਾ ਉੱਥੇ ਵੋਟ ਬਾਕੀ ਜਿੱਥੇ ਵੋਟ ਦਾ ਮਨ ਕਰਦਾ ਉਹਨੇ ਉੱਥੇ ਜਾਣਾ ਜਿੰਨਾ ਬਾਈ ਉਹੀ ਹੈ ਵੀ ਬੰਦੇ ਨੂੰ ਖਲਾ ਲਓ ਪਲਾ ਲਓ ਬੰਦੇ ਦਾ ਜਿੱਥੇ ਮਨ ਕਰਨਾ ਉੱਥੇ ਪੈਣੀ ਬੰਦੇ ਦਾ ਮਨ ਹੈ ਮੇਨ ਜਗ੍ਹਾ ਤਾਂ ਪੜਦਾ ਏ ਹਾਂ ਪੜਦਾ ਇੱਕ ਵਾਰ ਹੁਣ ਜਿੰਨਾ ਮਰਜ਼ੀ ਬੰਦਾ ਮਿਲੀ ਜਾਵੇ ਉੱਥੇ ਜਾ ਕੇ ਪੜਦਾ ਉੱਥੇ ਪਤਾ ਹੀ ਨਹੀਂ ਕਿਸੇ ਦਾ ਚਲੋ ਬਾਈ ਖਾਓ ਪੀਓ ਜਿੱਥੇ ਮਰਜ਼ੀ ਆਪਣੀ ਵੋਟ ਪਾਓ ਜਿਹੜਾ ਕਹਿੰਦਾ ਬਾਈ ਤੇਰੇ ਨਾਲ ਏ ਹੈ ਪ੍ਰੇਮ ਨਾਲ ਬੋਲੋ ਹਾਂ ਕੋਈ ਉਹ ਨਹੀਂ ਸਮਝ ਗਏ ਆਏ ਨਾ ਹੁਣ ਡੀਸੀ ਮੈਡਮ ਆਈ ਸੀ ਉਹ ਕਹਿੰਦੀ ਵੀ ਰੋਡ ਪਰ ਨਾ ਖੜੋ ਵੀ ਸਾਈਡ ਨੂੰ ਖੜ ਜਾਓ ਆਸੇ ਪਾਸੇ ਨਾ ਨਾ ਠੀਕ ਆ
ਪੁਲਿਸ ਵਾਲੇ ਨੇ ਵੀ ਇਹੀ ਕਿਹਾ ਵੀ ਕਹਿੰਦਾ ਜ਼ਿਆਦਾ ਇਕੱਠ ਨਾ ਕਰੋ ਵੀ ਤੁਸੀਂ ਪਿੰਡ ਦੇ ਪਿੰਡ 'ਚ ਰਹਿਣਾ ਗੱਲ ਉਹ ਵੀ ਸਹੀ ਆ ਸਾਡੇ ਪਿੰਡ 'ਚ ਝਗੜਾ ਕਰਨ ਵਾਲਾ ਸਾਡੇ ਵਾਲੇ ਹੁਣ ਨਹੀਂ ਝਗੜੇ ਪਹਿਲਾਂ ਗੱਲਾਂ ਨਹੀਂ ਕਿਸੇ ਨੇ ਕਰਨਾ ਸਾਡੇ ਪਿੰਡ 'ਚ ਨਹੀਂ ਹੈਗਾ ਕੋਈ ਝਗੜੇ ਝੁਗੜੇ ਵਾਲਾ ਪਹਿਲਾਂ ਹੁੰਦੇ ਉਹਦੇ ਤੇ ਹੁਣ ਤਾਂ ਪਿਆਰ ਨਾਲ ਆ ਬਸ ਜਿਹੜਾ ਜਿੱਤ ਗਿਆ ਉਹਦੇ ਹਾਰ ਪਾ ਦੇਣਾ ਬਸ ਮੈਂ ਤਾਂ ਇਹਨਾਂ ਨੂੰ ਵੀ ਕਿਹਾ ਵੀ ਭਾਈ ਕੋਈ ਜਿੱਤ ਗਿਆ ਕੋਈ ਕਿੰਨਾ ਕੋਈ ਉਹ ਨਾ ਕਰੋ ਪਰ ਕਿਸੇ ਨੇ ਭਾਈ ਸੁਪਰਵਾਈਜ਼ਰ ਨਹੀਂ ਨਾ ਨਾ ਉਹ ਤਾਂ ਕੰਮ ਹੀ ਨਹੀਂ ਰਿਹਾ ਹੈ ਕਿ ਨਹੀਂ ਬੰਦਾ ਕਿਹੜਾ ਕਿਹੜੇ ਨੇ ਕੰਮ ਆਉਣਾ ਹੈ ਕਿ ਨਹੀਂ ਜਿਹੜਾ ਬਣਨਾ ਤਾਂ ਹੈਗਾ ਹੀ ਇੱਕ ਨੇ ਇੱਕ ਨੇ ਜਿੰਨਾ ਜੋ ਬਣਨਾ ਬਹੁਤ ਉਹ ਨਹੀਂ ਕਰਨਾ ਹੈਗਾ ਆਰਾਮ ਨਾਲ ਕੋਈ ਭਾਈ ਸਾਰੇ ਪਿੰਡਾਂ 'ਚ ਕੰਮ ਚੱਲਦਾ ਆਪਣੇ ਸਹਿਮਤੀ ਹੋਈ ਹੋਣੀ ਭੈਣੀ ਦੇਖ ਲੈ ਤੂੰ ਚੌਂਤੇ ਉਹ ਮੇਰੇ ਸਹੁਰੇ ਗੱਗੋਂ ਕਹਿੰਦੇ ਤੇ ਹੋਈ ਰਹੇ ਹੁਣ ਇੱਕ ਬੰਦਾ ਬਣਾ ਦੇ ਬਹੁਤ ਕੰਮ ਕਰੇ ਉਹਨੇ ਬੂਟੇ ਵੱਢ ਬਹੁਤ ਜਣੀ ਕਰੀ ਆ ਬਣੀ ਨਹੀਂ ਗੱਲ ਉਹ ਫੇਰ ਉਤੜੋ ਤੜੀ ਵੀ ਖੜੀ ਉਹੀ ਗੱਲ ਮੈਂ ਕਹਿੰਦਾ ਆਪਣੇ ਇੱਕ ਪੌਵਾਲ ਪਿੰਡ ਹੋਈ ਨਾ ਸਹਿਮਤੀ ਚੱਲੀਏ ਨਗੜ ਹੋਈ ਉਹ ਸਾਡੀ ਭੈਣ ਬਈ ਹੋਈ ਆ ਵੈਸੇ ਤਾਂ ਯਾਰ ਸਾਡਾ ਵੀ ਕੋਈ ਹੈ ਨਹੀਂ ਕਿਉਂ ਪੈਸਾ ਹੈ ਨਹੀਂ ਹਾਂ ਤੇਰਾ ਤਾਂ ਆਉਣੀਆਂ ਕਿੱਥੋਂ ਆ ਹਾਂ ਇੰਨਾ ਖਰਚਾ ਕਰਕੇ ਸਰਪੰਚੀ ਪਰ ਫਾਇਦਾ ਨਹੀਂ ਕੋਈ ਹੈ ਕਿ ਨਹੀਂ ਉਹ ਹੀ ਤਾਂ ਗੱਲ ਹੈ ਬਾਕੀ ਭਾਈ ਆਏ ਆ ਹੈ 5 ਸਾਲ ਔਖਾ ਇਹ ਸਰਪੰਚ ਬਣ ਕੇ ਤੇ ਕੰਮ ਕਰਨੇ ਪੈਣੇ ਆ ਵੀਰੇ ਕਿਹੜਾ ਸੌਖਾ ਸਰਪੰਚੀ ਜਦ ਹੁਣ ਗਰੰਟੀ ਨਹੀਂ ਆਉਣੀ ਪਿੱਛੇ ਤੇ ਸਰਪੰਚ ਕੀ ਕਰੂਗਾ ਉਹੀ ਤਾਂ ਚੱਕਰ ਹੈ ਹੁਣ ਬਾਈ ਆਏ ਤਾਂ ਬਥੇਰਾ ਆ ਲਿਆ ਮੈਂ ਤਾਂ ਬਾਈ ਪਹਿਲੇ ਰਾਜ ਚ ਆਇਆ ਹੁਣ ਵਾਲਾ ਜੀ ਵੀ ਆਊਂਗਾ ਹਲੇ ਪਏ ਆ ਪਿੱਛੇ ਜਾ ਕੇ ਪੈਸਾ ਆਏ ਕਰਦਾ ਉਹ ਸਰਪੰਚ ਤਾਂ ਕੋਈ ਵੀ ਹੈ ਯਾਰ ਕੋਸ਼ਿਸ਼ ਤਾਂ ਕਰਦਾ ਆਪਣੇ ਪਿੰਡ ਨੂੰ ਸੁਧਾਰ ਕਰਨ ਉਹ ਤਾਂ ਹੈ ਬਾਈ ਦੇਖਾ ਨਾਲਿਆਂ ਦੇ ਰਿਹਾ ਲਿਖਿਆ ਹੋਇਆ ਹਾਲ ਤਾਂ ਯਾਰ ਹੁਣ ਦੇਖ ਲੈ ਤੇ ਸਾਹਮਣੇ ਕੋਈ ਨਹੀਂ ਆਏ ਨਾ ਪਾਣੀ ਤਾਂ ਨਿਕਲਣਾ ਚਾਹੀਦਾ ਬੰਦਿਆਂ ਦਾ ਬਾਈ ਹੁਣ ਜਿਹੜੇ ਨਵੇਂ ਬੰਦੇ ਖੜੇ ਆ ਸਾਰਿਆਂ ਨੇ ਇਹੀ ਕਿਹਾ ਵੀ ਪਿੰਡ ਦਾ ਨਰਕ ਚੱਕੋ ਪਰਲੇ ਪਾਸੇ ਟੈਲ ਲੱਗੀ ਨਹੀਂ ਆ ਉੱਥੇ ਤੱਕ ਲੱਗੀ ਇੱਕ ਪਾਸੇ ਉਹ ਮੇਰੇ ਦੇਖ ਲਓ ਉੱਥੇ ਤੇ ਨਾ ਇਹ ਨਾਲੇ ਨੂੰ ਮੈਂ ਕਹਿੰਦਾ ਚੌਥੀ ਗ੍ਰਾਂਟ ਆਈ ਵੀ ਹੈ ਜਿੱਥੇ ਉਹ ਛੱਡ ਜਾਂਦੇ ਉਹ ਤੇ ਮੂਰੇ ਤੇ ਚੱਕ ਕੇ ਉੱਚਾ ਬੜਾ ਦਿੰਦੇ ਪਹਿਲੀ ਸਰਪੰਚ ਹੀ ਹੋਇਆ ਨਹੀਂ ਕੁਛ ਉਹਦੇ ਬਾਅਦ ਪਾਣੀ ਉਹ ਪਿੱਛੇ ਜਾਣ ਲੱਗ ਜਾਂਦਾ ਤੂੰ ਐ ਦੱਸ ਬਾਈ ਤੈਂ ਨਾਲੀ ਕਿੰਨੀ ਵਸਾਫ ਕਰੀ ਹੈ ਮੇਰਾ ਤਾਂ ਕੋਈ ਅੰਤੇ ਨਹੀਂ ਹੈਗਾ ਭੈਣ ਚ ਮੇਰਾ ਨਾਲ ਪਾਣੀ ਵੀ ਨਹੀਂ ਪੈਂਦਾ ਉਹਦੇ ਚ ਸ਼ੁਕਰ ਮਨਾ ਤੂੰ ਐਤਕੀ ਮੀਂਹ ਨਹੀਂ ਪਏ ਨਹੀਂ ਤੇਰੇ ਕੰਮ ਜਾ ਹੋ ਜਾਣਾ ਤਾਂ ਸੱਚ ਪਾਣੀ ਨਹੀਂ ਪੈਂਦਾ ਮੇਰਾ ਪੈਂਦਾ ਆਪਣੇ ਪਲਾਟ ਚ ਪੈਂਦਾ ਫੇਰ ਵੀ ਮੈਨੂੰ ਸਾਲ ਸਾਫ ਕਰਨਾ ਪੈਂਦਾ ਹੈ ਕਿ ਉਹ ਨਾਲੇ ਦਾ ਪਾਣੀ ਨਾ ਪਵੇ ਆਪਣੇ ਘਰ ਮੂਰੇ ਜ਼ਰੂਰੀ ਹੈ ਕੱਲ ਟੁੱਟ ਗਿਆ ਜੇਸੀਬੀ ਨਾਲ ਜਦੇ ਨੱਕਾ ਲਾਇਆ ਯਾਰ ਨਾ ਠੀਕ ਨਾ ਤੇਰੇ ਕੋ ਜੇਬੀਸੀ ਹੈ ਹਾਂ ਆਪਣੀ ਸੜਕ ਜੀ ਪੱਟ ਕੇ ਪਰਾਂ ਨੂੰ ਕੱਢ ਯਾਰ ਕਿੰਨੀ ਕੋ ਮਿੱਟੀ ਹੜ ਕੇ ਫੇਰ ਇਧਰ ਆਉਂਦੀ ਹੈ ਫੇਰ ਭਾਈ ਆਏ ਆ ਧੀਰੇ ਭਾਈ ਤੇਰੇ ਫਾਇਦਾ ਹੈਗਾ ਸੰਦ ਭਾਂਡਾ ਤੇਰੇ ਕੋ ਸਾਰਾ ਹੈ ਪੱਟ ਕੇ ਆਪਣਾ ਪੈਰ ਮਿੱਟੀ ਪਾਉਣ ਦੀ ਗੈਸ ਨਹੀਂ ਹੈਗੀ ਹੁਣ ਦੇਖਦਾ ਕਿਹੜਾ ਸਰਪੰਚ ਨੂੰ ਕਹਿੰਦਾ ਵੀ ਮੈਂ ਮਿੱਟੀ ਤਾਂ ਪਾ ਦੇ ਉਹ ਇਹ ਤਾਂ ਹੈ ਮਿੱਟੀ ਮਿਲਦੀਆਂ ਨਹੀਂ ਪਾਉਣੀ ਕਿੱਥੇ ਨਹੀਂ ਤਾਂ ਪਾ ਵੀ ਲਈਏ ਯਾਰ ਜੇਸੀਬੀ ਲੈ ਲਈ ਕੰਮ ਵੀ ਤਾਂ ਚੱਲੂਗਾ ਗੋਹਾ ਕੂੜਾ ਚੱਕਣ ਜੋਗੇ ਹਲੇ ਮਿੱਟੀ ਚੱਕਣ ਨਹੀਂ ਦਿੰਦੇਗੇ ਚੱਲੂਗਾ ਕੰਮ ਮੈਂ ਤਾਂ ਤੇਰੀ ਜੇਬੀਸੀ ਦੇ ਕਿਨੇ ਪ੍ਰਾਣੀ ਜਗਾਉਣ ਟ੍ਰੈਲੇ ਵੀ ਲਦਾਉਂਗਾ ਹੌਲਾ ਕੰਮ ਲੈਣਾ ਬਾਈ ਭਾਰਾ ਨਹੀਂ ਲੈਣਾ ਹੈਗਾ ਨਾ ਨਾ ਉਹ ਕੰਮ ਤਾਂ ਲੈਣਾ ਹੀ ਆ ਖੜੀ ਦੀ ਪੈਪ ਜਾਮ ਹੋ ਗਈ ਕੋਈ ਜਰ ਲੱਗ ਗਈ ਚੱਲਦੀ ਚੀਜ਼ ਵਧੀਆ ਹੈ ਤੂੰ ਫਿਰ ਜੀਰੀ ਵੀ ਖੜੀ ਰਹਿਣ ਦਿੰਦਾ ਇਦਾਂ ਹੀ ਇਕਣੀ ਆਪਣਾ ਅੱਛਾ ਥੱਲੇ ਘਰਾਉਣੀ ਦੀ ਹੈ ਫਿਰ ਲੁੱਟ ਕੇ ਪਾਉਣੀ ਵੀ ਇਹਨਾਂ ਨਾ ਇਦਾਂ ਹੀ ਉੱਪਰ ਦੇ ਮੁੰਜਰੀ ਪਾ ਲੈਣੀ ਚਾਹੀਦੀ ਨਾ ਨਾ ਠੀਕ ਹੈ ਚੱਲੀਏ ਤੇਰੀ ਵੋਟ ਹੈ ਕੀ ਵੜ ਜੂ ਗਾਣਾ ਸੱਜਰੀ ਪਾਇਆ ਜੀ ਇਹ ਪਾਇਆ ਹੈ ਆਪਣੇ ਮੰਮੀ ਡੈਡੀ ਦੀ ਫੋਟੋ ਇਹ ਮੈਨੂੰ ਲੱਗਦਾ ਉਮਰ ਤਾਂ ਜੀ 22 23 ਸਾਲ ਕਿੰਨੇ ਉਮਰ ਹੈ ਤੇਰੀ 13 ਲੈ ਤੂੰ ਤਾਂ ਯਾਰ 10 ਸਾਲ ਪਿੱਛੇ ਆ ਗਿਆ ਬੜੀ ਜੇਤੀ ਕੱਟ ਮਾਰੇ ਐ ਲਾ 10 ਸਾਲ ਦਾ ਕੱਟ ਭਾਈ ਕਾ ਆਪਣੀ ਮੰਮੀ ਡੈਡੀ ਦੀ ਫੋਟੋ ਪਾਇਆ ਜਾ ਕੇ ਨਾ ਬਣ ਸਕਦਾ ਬਣ ਸਕਦਾ ਮਿਹਨਤ ਕਰ ਓਏ ਤਾਂ ਕਿਤੇ ਥੋੜਾ ਦਾ ਥੱਲੇ ਦੇ ਬੋਰ ਉਹ ਮਿਹਨਤੀ ਦਾ ਕੋਈ ਵਿੱਚੋਂ ਰਾੜ ਵਾਲਾ ਪੱਖਾ ਐ ਚੱਕ ਲਿਆ ਦੂਗਾ ਸਾਲਾ ਦੇ ਮੈਂ ਤਵੀਆਂ ਚੱਕਦਾ ਦੇਖਿਆ ਭਾਈ ਪਿਛਲੇ ਤਵੀਆਂ ਚੱਕ ਦੇ ਦੀਆਂ ਦੇਖਦਾ ਮੈਂ ਪਿੱਛੇ ਡਾਲੇ ਵਾਲਿਆ ਵਾ ਮੈਂ ਅਸੀਂ ਦੋ ਭਰੀ ਚੱਕ ਕੇ ਲਿਆਉਂਦੇ ਤੇ ਪਰਾਂ ਮੈਨੂੰ ਪਰ ਮੈਂ ਇਹਨੂੰ ਐਦਾਂ ਹੀ ਫੜਾਉਂਦਾ ਤਾਂ ਇਹ ਤੂੰ ਦੇਖ ਲੈਨੇ ਬਾਹਾਂ ਪਰ ਲੈਣੀ ਐ ਬੱਚਾ ਨੂੰ ਹਾਂ ਜਾਨ ਤੇ ਸਰੀਰ ਮਾ ਡੈਡੀ ਐਦਾਂ ਹੀ ਫੜਾਉਂਦਾ ਐਕਣੇ ਤੇਰੇ ਮਾ ਜਾਨ ਹੁਣ ਜ਼ੋਰ ਮਾਰੇ ਕਰ ਠੀਕ ਹੈ ਭਲਵਾਨ ਠੀਕ